ਸਵਰਗੀ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ ਪ੍ਰਤਿਮਾ ਉੱਤੇ ਕਾਲਕ ਪੋਤਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਯੂਥ ਅਕਾਲੀ ਦਲ ਦੇ ਨੇਤਾਵਾਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੂੰ ਸਥਾਨੀ ਅਦਾਲਤ ਸ੍ਰੀ ਪੁਨੀਤ ਮੋਹਨੀਆ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਤੋਂ ਰਿਹਾਅ ਹੁੰਦੇ ਹੀ ਗੋਸ਼ਾ ਨੇ ਕਾਂਗਰਸ ਉੱਤੇ ਹਮਲਾ ਬੋਲਿਆ। ਜ਼ਿਕਰਯੋਗ ਹੈ ਕਿ ਦੋਨੇ ਅਕਾਲੀ ਨੇਤਾਵਾਂ ਨੇ ਪੁਲਿਸ ਥਾਣਾ ਸਲੇਮ ਟਾਵਰੀ ਵਿਖੇ ਲੱਗੇ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਕ ਪੋ ਦਿੱਤੀ ਸੀ, ਜਿਸ ਤੋਂ ਬਾਅਦ ਥਾਣਾ ਸਲੇਮ ਟਾਵਰੀ ਪੁਲਿਸ ਨੇ ਦੋਨੇ ਅਕਾਲੀ ਨੇਤਾਵਾਂ ਨੂੰ ਰਾਜੀਵ ਗਾਂਧੀ ਦੇ ਬੁੱਤ ਉੱਤੇ ਕਾਲਕ ਪੋਤਣ ਅਤੇ ਹੋਰ ਆਰੋਪਾਂ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਨੇ ਨੇਤਾ ਕਾਨੂੰਨੀ ਹਿਰਾਸਤ ਵਿੱਚ ਸਨ। ਗੋਸ਼ਾ ਅਤੇ ਦੁਗਰੀ ਦਾ ਜੇਲ੍ਹ ਤੋਂ ਬਾਹਰ ਆਉਣ ਉੱਤੇ ਜੇਲ੍ਹ ਦੇ ਬਾਹਰ ਮੌਜੂਦ ਪਾਰਟੀ ਦੇ ਸੀਨੀਅਰ ਅਕਾਲੀ ਨੇਤਾਵਾਂ ਅਤੇ ਅਕਾਲੀ ਵਰਕਰਾਂ ਦੁਆਰਾ ਜ਼ੋਰਦਾਰ ਸਵਾਗਤ ਕੀਤਾ ਗਿਆ। ਪਰ ਜਿਹੜੀ ਕਾਲਕ ਉਹ ਮਸੂਮਾਂ ਨੂੰ ਜਿਨ੍ਹਾਂ ਨੂੰ ਮਾਰਿਆ ਗਿਆ ਕਿ ਉਹ ਇਨਸਾਨ ਨਹੀਂ ਸੀਗੇ, ਉਹ ਵਾਲੀ ਕਾਲਕ ਕਿੱਦਾਂ ਰਾਜੀਵ ਗਾਂਧੀ ਪਰਿਵਾਰ ਧੋ ਲਊਗਾ? ਰਾਹੁਲ ਗਾਂਧੀ ਦੇ ਮੂੰਹ 'ਚ ਇੱਕ ਸ਼ਬਦ ਨਹੀਂ ਨਿਕਲ ਰਿਹਾ। ਮੈਂ ਹੈਰਾਨ ਹਾਂ, ਪਹਿਲਾਂ ਵੀ ਤਾਂ ਉਹਨਾਂ ਨੇ ਪਾਪ ਕੀਤਾ ਪਰ ਹੁਣ ਤਾਂ ਪਾਪ ਦਾ ਅੰਤ ਕਰ ਲੈਣ। ਹੁਣ ਤਾਂ ਆਪਣੀ ਮੂੰਹ ਕਹਿ ਦੇਣ ਵੀ ਸਾਡੇ ਰਾਜੀਵ ਗਾਂਧੀ ਨੇ ਕਤਲੇਆਮ ਕੀਤਾ ਸੀ, ਇਸ ਗੱਲ ਦੀ ਮਾਫ਼ੀ ਮੰਗਦੇ ਆ। ਪਰ ਇਹ ਇਕੱਲਾ ਮੇਰਾ ਸਵਾਲ ਨਹੀਂ ਹੈ, ਇਹ ਹਰ ਇੱਕ ਇਨਸਾਨ ਦਾ ਸਵਾਲ ਹੈ ਜਿਹੜਾ ਹਿੰਦੁਸਤਾਨ 'ਚ ਵੱਸਦਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਭਾਈਚਾਰਾ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ, ਸਭ ਚਾਹੁੰਦੇ ਆ ਕਿ ਇਨਸਾਫ ਹੋਵੇ। ਜੇ ਸੱਜਣ ਕੁਮਾਰ ਦਾ ਕਤਲੇਆਮ ਪਤਾ ਲੱਗ ਗਿਆ, ਹੁਣ ਤਾਂ ਉਹ 36 ਸਾਲ ਬਾਅਦ 34 ਸਾਲ ਬਾਅਦ ਅੱਜ ਵੀ ਨਹੀਂ ਰਾਜੀਵ ਗਾਂਧੀ ਦਾ ਪਰਿਵਾਰ ਬੋਲ ਰਿਹਾ, ਅੱਜ ਬੋਲ ਰਿਹਾ। ਬਿਲਕੁਲ ਟੋਰਚਰ ਕੀਤਾ ਗਿਆ, ਨਵਾਂ ਕੰਮ ਨਹੀਂ ਕੀਤਾ ਸਰਕਾਰਾਂ ਨੇ। ਹਮੇਸ਼ਾ ਹੀ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਟੋਰਚਰ ਸਹਿਣੇ ਪੈਂਦੇ ਆ, ਪਰ ਪਰਮਾਤਮਾ ਦੀ ਲੱਠ 'ਚ ਆਵਾਜ਼ ਨਹੀਂ ਹੈ। ਦੇਖੋ ਜੀ, ਇਹ ਜਿਹੜੀ ਕਾਲਕ ਮੈਂ ਕਹਿ ਰਿਹਾ ਤਾਂ ਧੋਲੀ, ਇਹ ਤਾਂ ਬੁੱਤ ਸੀ ਜਿਹਦੇ ਅੰਦਰ ਜਾਨ ਨਹੀਂ ਸੀ। ਜਿਹਨਾਂ ਦੇ ਅੰਦਰ ਜਾਨ ਸੀ, ਜਿਹਨਾਂ ਨੂੰ ਮਾਰਿਆ ਉਹਨਾਂ ਦੀ ਆਵਾਜ਼ ਤਾਂ ਸੁਣ ਲੈਣ। ਬਿਲਕੁਲ, ਕਾਂਗਰਸ ਨੇ ਧੱਕੇਸ਼ਾਹੀ ਕੀਤੀ ਹੈ, ਉਹੀ ਜਿਹੜਾ ਪਾਪ ਪਹਿਲਾਂ ਕੀਤਾ ਸੀ ਅੱਜ ਫਿਰ ਉਹਨਾਂ ਨੇ ਸਾਬਿਤ ਕੀਤਾ ਸੀ ਪੰਜਾਬੀ ਨੌਜਵਾਨਾਂ ਦੇ ਨਾਲ ਨਹੀਂ ਹੈ। ਅਤੇ ਇਹ ਮੈਂ ਸਮਝਦਾ ਕਿ ਕਾਂਗਰਸ ਦਾ ਅੰਤ ਆ ਚੁੱਕਾ। 25 ਤਰੀਕ ਨੂੰ ਦੇਖੋ, ਇਹ ਇੱਕ ਪੋਲੀਟੀਕਲ ਗੱਲ ਨਹੀਂ ਸੀਗੀ, ਪਰ ਇਹਨਾਂ ਨੇ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਮੈਂ ਸਾਰੇ ਸਮੁੱਚੇ ਭਾਈਚਾਰਿਆਂ ਨੂੰ ਬੇਨਤੀ ਕਰਾਂਗਾ, ਜਿਹੜਾ ਵੀ ਪਰਮਾਤਮਾ ਨੂੰ ਮੰਨਦਾ, ਚਾਹੇ ਹਿੰਦੂ ਭਾਈਚਾਰਾ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਚਾਹੇ ਮੁਸਲਮਾਨ ਭਾਈਚਾਰਾ, ਸਾਰੇ ਇੱਕ ਮੇਕ ਹੋ ਕੇ ਰਹੋ। ਇਹਨਾਂ ਦੀ ਸਾਜ਼ਿਸ਼ 'ਚ ਨਾ ਫਸੋ, ਇਹ ਤੋੜਨਾ ਚਾਹੁੰਦੇ ਆ, ਅਸੀਂ ਪੰਜਾਬ ਨੂੰ ਤੋੜਨ ਨਹੀਂ ਦਿਆਂਗੇ। ਕੀ ਫਰਕ ਪੈਂਦਾ ਜੀ, ਜੇ ਇੱਕ ਬਿਲਡਿੰਗ ਤੋੜੀ ਆ, ਮੇਰੇ ਪਰਮਾਤਮਾ ਦੇ ਘਰ ਬਣਨਾ, ਇਹਦੇ 'ਚ ਕੱਚੀਆਂ ਬਿਲਡਿੰਗਾਂ।